ਲੰਬੇ ਸਮੇਂ ਤੋਂ ਚਰਚਾ 'ਚ ਚੱਲ ਰਹੇ ਮੈਰੀਜੁਆਨਾ ਨੂੰ ਕਾਨੂੰਨੀ ਰੂਪ 'ਚ ਮਾਨਤਾ ਦੇਣ ਦਾ ਆਖਿਰਕਾਰ ਅੱਜ ਸਮਾਂ ਆ ਹੀ ਗਿਆ। ਜੀ ਹਾਂ, ਦੇਸ਼ ਦੀ ਸਰਕਾਰ ਨੇ ਅੱਜ ਯਾਨੀ ਕਿ 17 ਅਕਤੂਬਰ ਨੂੰ ਮੈਰੀਜੁਆਨਾ ਨੂੰ ਕਾਨੂੰਨੀ ਤੌਰ 'ਤੇ ਲਾਗੂ ਕਰ ਦਿੱਤਾ ਹੈ, ਜਿਸ ਨਾਲ ਕੈਨੇਡਾ ਵੀ ਦੁਨੀਆ ਦਾ ਮੈਰੀਜੁਆਨਾ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦੇਣ ਵਾਲਾ ਅਜਿਹਾ ਦੂਜਾ ਦੇਸ਼ ਬਣ ਗਿਆ, ਜਿਸ ਨਾਲ ਲੋਕ ਹੁਣ ਇਸ ਦੀ ਕਾਨੂੰਨੀ ਤੌਰ 'ਤੇ ਖਰੀਦ ਕਰ ਸਕਣਗੇ। ਪੇਸ਼ ਹੈ ਇਸ ਉੱਤੇ ਇੱਕ ਖਾਸ ਰਿਪੋਰਟ। ਅੱਜ ਦਾ ਦਿਨ ਕੈਨੇਡਾ ਦੇ ਇਤਿਹਾਸ 'ਚ ਇੱਕ ਖਾਸ ਦਿਨ ਹੈ, ਕਿਉਂਕਿ ਅੱਜ ਦੇ ਦਿਨ ਕੈਨੇਡਾ ਦੀ ਸੈਨੇਟ ਵੱਲੋਂ ਮੈਰੀਜੁਆਨਾ ਬਿੱਲ ਨੂੰ ਹਰੀ ਝੰਡੀ ਦਿੱਤੀ ਗਈ ਹੈ ਅਤੇ ਨਾਲ ਹੀ ਉਰੂਗਵੇ ਤੋਂ ਬਾਅਦ ਕੈਨੇਡਾ ਦੁਨੀਆ ਦਾ ਦੂਜਾ ਅਜਿਹਾ ਦੇਸ਼ ਬਣ ਗਿਆ ਜਿਸ ਨੇ ਮੈਰੀਜੁਆਨਾ ਨੂੰ ਕਾਨੂੰਨੀ ਰੂਪ ਨਾਲ ਖਰੀਦਣ ਅਤੇ ਵੇਚਣ ਦੀ ਇਜਾਜ਼ਤ ਦਿੱਤੀ ਹੈ। 17 ਅਕਤੂਬਰ ਦਾ ਬਹੁਤ ਸਾਰੀ ਕੈਨੇਡੀਅਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਕਿਉਂਕਿ ਇੱਥੇ ਰਹਿ ਰਹੇ ਬਹੁਤ ਸਾਰੇ ਵਪਾਰੀ, ਜਿਨ੍ਹਾਂ 'ਚ ਪੰਜਾਬੀਆਂ ਦੀ ਗਿਣਤੀ ਜ਼ਿਆਦਾ, ਭੰਗ ਦੀ ਵਿਕਰੀ ਨੂੰ ਤਵੱਜੋ ਦੇ ਰਹੇ ਨੇ। ਇੱਥੇ ਦਹਾਕਿਆਂ ਤੋਂ ਗੈਰ ਕਾਨੂੰਨੀ ਨਸ਼ਿਆਂ ਦੀ ਸੂਚੀ ਵਿੱਚ ਰਹੀ ਭੰਗ ਭਾਵ ਪੌਟ ਨੂੰ ਸਰਕਾਰ ਨੇ ਆਮ ਖਰੀਦ ਲਈ ਹਰੀ ਝੰਡੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਜੂਨ 2018 'ਚ ਭੰਗ ਸੰਬੰਧੀ ਬਿੱਲ C-45 ਪਾਸ ਹੋ ਗਿਆ ਸੀ। ਉਦੋਂ ਤੋਂ ਹੀ ਬਹੁਤ ਸਾਰੇ ਇਨਵੈਸਟਰਾਂ ਨੇ ਇਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਜਾਬੀਆਂ ਸਮੇਤ ਕਈਆਂ ਨੇ ਭੰਗ ਦੇ ਠੇਕੇ ਲੈਣੇ ਵੀ ਸ਼ੁਰੂ ਕਰ ਦਿੱਤੇ ਸਨ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਮਸ਼ਹੂਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਕੈਂਪਸ 'ਚ ਵੀ ਵਿਦਿਆਰਥੀਆਂ ਨੂੰ ਭੰਗ ਪੀਣ ਦੀ ਇਜਾਜ਼ਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦਾ ਢਾਂਚਾ ਨੌਜਵਾਨਾਂ ਅਤੇ ਸਮਾਜ ਨੂੰ ਭੰਗ ਦੇ ਗੈਰ ਕਾਨੂੰਨੀ ਵਪਾਰ ਤੋਂ ਬਚਾਉਣ ਵਿੱਚ ਕਾਰਗਰ ਸਿੱਧ ਨਹੀਂ ਹੋ ਰਿਹਾ ਅਤੇ ਇਸ ਲਈ ਇਹ ਪਾਬੰਦੀ ਹਟਾਈ ਜਾ ਰਹੀ ਹੈ। Provinces have asked us for more time than they originally thought they would need in order to get the implementation right, and I think we all agree it's important to get this right and not rushed. ਹਾਲਾਂਕਿ ਇਸ ਕਾਨੂੰਨ ਨੂੰ ਲਾਗੂ ਕਰਨ ਵਿੱਚ ਕਾਫੀ ਚੁਣੌਤੀਆਂ ਆ ਰਹੀਆਂ ਨੇ। ਫੈਡਰਲ ਸਰਕਾਰ ਨੇ ਇਸ ਫੈਸਲੇ ਨੂੰ ਸੂਬਾਈ ਅਤੇ ਮਿਊਨਿਸਪਲ ਪੱਧਰ ਤੇ ਲਾਗੂ ਕਰਨ ਬਾਰੇ ਕਈ ਖਦਸੇ ਨੇ। Bill C-45, which will legalize and strictly regulate access to cannabis. We will soon have a new system in place, one that keeps cannabis out of the hands of our kids and keeps profits away from organized crime. Today, I'm also pleased to announce that the new recreational cannabis regime will officially come into force on October 17th of this year. Goal on this is very much with a public safety and public health lens, making sure we're protecting our kids, making sure we're protecting our communities, making sure we're replacing the organized crime that right now is the seller of marijuana to citizens. This is something that we want to get. We heard from provinces and territories who told us they needed more time to transition to this new framework. So our government will continue to work in full partnership with them to ensure the smooth and orderly implementation of this new law across. ਬਹੁਤ ਸਾਰੇ ਲੋਕ ਭੰਗ ਦੇ ਕਾਨੂੰਨੀ ਹੋਣ ਉੱਤੇ ਖੁਸ਼ ਹਨ, ਹਾਲਾਂਕਿ ਕਈਆਂ ਨੇ ਇਸ ਦਾ ਵਿਰੋਧ ਕੀਤਾ ਹੈ। ਸਰਕਾਰ ਨੇ ਭਾਵੇਂ ਭੰਗ ਰੱਖਣ ਦੀ ਕਾਨੂੰਨੀ ਮਾਨਤਾ ਦਿੱਤੀ ਹੈ, ਪਰ ਇਸ ਦੇ ਸਖਤ ਨਿਯਮਾਂ ਨੂੰ ਸਮਝਣ ਦੀ ਲੋਕਾਂ ਨੂੰ ਜ਼ਰੂਰਤ ਹੈ। ਨਿਯਮਾਂ ਮੁਤਾਬਕ ਲੋਕ 150 ਗ੍ਰਾਮ ਤੱਕ ਭੰਗ ਆਪਣੇ ਕੋਲ ਰੱਖ ਸਕਦੇ ਨੇ। ਇਸ ਬਾਰੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਆਪਣੀ ਕੈਨਾਵਿਸ ਵੈਰੀਗੇਸ਼ਨ ਪਲਾਨ ਨੂੰ ਬਚਾਉਣ ਅਤੇ ਬਚਾਉਣ ਦੀ ਗੱਲ ਕਰ ਰਿਹਾ ਹੈ ਤਾਂ ਉਹ ਕੋਈ ਦਿਖਾਵੇ ਨਹੀਂ ਹੈ। ਡਗ ਫੋਰਡ ਨੇ ਕਿਹਾ ਕਿ ਹੈਲਥ ਕੈਨੇਡਾ ਨੇ ਸਿਰਫ ਕੈਨਾਵਿਸ ਦੇ ਲਈ ਸੜਕਾਂ ਦੇ ਪਾਰ ਟੈਸਟ ਕਰਵਾਉਣ ਲਈ ਇੱਕ ਉਪਕਰਨ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਹ ਠੰਡੇ ਵਿੱਚ ਸਹੀ ਨਤੀਜਾ ਨਹੀਂ ਦੇ ਸਕਦਾ। With legalization upon us, where's Justin Trudeau?
He's not boastful anymore. We can't even find the guy. When it comes to defending his plans for cannabis, Justin Trudeau has been a no-show. When it comes to defending his cannabis plan, he might as well be in the witness protection program. It was 3 years ago Justin Trudeau campaigned on legalizing cannabis. 3 years later, the federal government still cannot give our police a single reliable piece of equipment to test for drug-impaired driving. This is deeply concerning, and make no mistake, by rushing legal cannabis out of the door before ensuring police have the tools they need, the Trudeau Liberals are putting people at risk. ਉਧਰ ਵਿਰੋਧੀ ਤੇ ਕੰਜ਼ਰਵੇਟਿਵ ਦੇ ਹਾਊਸ ਲੀਡਰ ਕੈਂਡਿਸ ਬਰਗਲ ਨੇ ਇਸ ਨੂੰ ਸਰਕਾਰ ਦੀ ਕਾਲੀ ਚ ਲਿਆ ਗਿਆ ਫੈਸਲਾ ਦੱਸਿਆ। That they've rushed it through so quickly. There's absolutely nothing in the process of legalizing cannabis that has gone, I think, well. Whether it's First Nations that are opposed to it because they haven't been consulted, police are not ready for it, municipalities aren't ready for it, parents don't know if their kids are going to be able to get pot on mail order. How are all of these things going to be rolled out? I think it's been a failure, and certainly this will continue to show how Trudeau wasn't ready for it and just rushed it through. We're going to have to fix a lot of those mistakes. Democrats ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਇਸ ਦਾ ਸਮਰਥਨ ਕਰਦੇ ਨੇ ਪਰ ਸਰਕਾਰ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਲਝਾ ਰਹੀ ਹੈ। Should absolutely move ahead with. I think there's been concerns that have been raised by provinces that they didn't receive sufficient supports to have a plan in place, and that the federal government put a lot of that planning on the shoulders of the provinces when they should have shouldered the responsibilities. I think that's a fair criticism, and I think that has made it more difficult for provinces to be able to implement their plans. But I think we should absolutely move ahead, and I think we should absolutely immediately delete the records for everyone that's been convicted of personal possession so they don't continue to be punished for something that's now legal. This week, cannabis is going to be legalized in Canada, and a lot of us are celebrating for good reason. But a lot of Canadians are unfortunately not exactly in a position to celebrate, because the truth is this: for some people in Canada and in some places, pot has been effectively legal for years. But depending on who you are, the color of your skin, and where you live, there's a different set of rules. In Regina, for example, Indigenous people are 9 times more likely to be charged for pot possession. Black Canadians are 3 times more likely to be charged for possession in Toronto, and 5 times more likely in Halifax. While cannabis use is finally legal for everyone, hundreds of thousands of Canadians are still being punished by carrying around criminal records for simple possession. These criminal records can make it difficult to find housing. They can limit your ability to travel and severely limit your job opportunities, or even prevent you from volunteering in your community. We have parents disqualified from coaching their kids' soccer team because of a minor, non-violent conviction for an activity which, as of this week, is perfectly legal. And right now it costs hundreds of dollars, and people have to wait years just to apply for a pardon. I think that needs to change. If we're serious about ending the discriminative approach to cannabis, then we must be willing to delete these records once and for all. ਮੈਰੀਜੁਆਨਾ ਦੀ ਕਾਨੂੰਨੀਕਰਨ ਦੀ ਪੂਰਵ ਸੰਧਿਆ ਉੱਤੇ ਮੇਅਰ ਜੌਨ ਟੈਰੀ ਨੇ ਦੁਬਾਰਾ ਸਵੀਕਾਰ ਕੀਤਾ ਕਿ ਉਸਨੇ ਮੈਰੀਜੁਆਨਾ ਦੀ ਕੋਸ਼ਿਸ਼ ਕੀਤੀ ਸੀ।
I used to smoke cigarettes, and I even tried marijuana, as most people my age did when I was younger. ਹੁਣ ਦੇਖਣਾ ਹੋਵੇਗਾ ਕਿ ਇਹ ਕਾਨੂੰਨ ਕਿੰਨਾ ਕੁ ਸਫਲ ਰਹਿੰਦਾ ਅਤੇ ਇਸ 'ਤੇ ਕਿਸ ਤਰ੍ਹਾਂ ਦੇ ਪ੍ਰਭਾਵ ਭਵਿੱਖ 'ਚ ਦੇਖਣ ਨੂੰ ਮਿਲਣਗੇ।